ਪਹਿਲਾ ਨਾਮ ਦੱਸਿਆ ਜੀ ਸੁਲਤਾਨ ਅਤੇ ਤੂਫਾਨ, ਤੂਫਾਨ ਅਤੇ ਸੁਲਤਾਨ, ਇੱਕ ਕਹਿੰਦੇ ਤੂਫਾਨ ਰੱਖ ਲਓ ਜਾਂ ਸੁਲਤਾਨ ਰੱਖ ਲਓ ਤੁਸੀਂ, ਇਹ ਵੀ ਕਾਫੀ ਵਧੀਆ ਨਾਮ ਆ। ਅਤੇ ਦੂਸਰਾ ਨਾਮ ਕਿਹੜਾ ਕਰਨ ਦੱਸਿਆ ਜੀ ਇਹਨਾਂ ਨੇ? ਕੁੱਕੜ ਜਾਂ ਮੁਰਗਾ। ਉਹ ਵੀ ਵਧੀਆ ਲੱਗਾ ਜੀ, ਕਹਿੰਦੇ ਵੀ ਜਾਂ ਰੱਖ ਲਓ ਜੀ ਕੁੱਕੜ ਅਤੇ ਜਾਂ ਰੱਖ ਲਓ ਜੀ ਮੁਰਗਾ। ਨਹੀਂ ਨਹੀਂ ਖਾਣਾ ਨਹੀਂ ਬਾਈ, ਇਹਨੇ ਇਹਨੇ ਬਹਿਣਾ ਸ਼ਹਿਰ ਤੋਂ ਬਹਿਣਾ, ਡਰੂਗੀ ਨਾ। ਨਹੀਂ ਨਹੀਂ ਡਰਦੀ ਨਹੀਂ, ਬਿਲਕੁਲ ਸਹੀ ਆ। ਚਲੋ ਜੀ ਆਹ ਕਰੋ ਜੀ ਸ਼ੌਕ ਪੱਠੇ ਦਾ, ਦੇਖੋ ਲਾ ਰੱਤਾ, ਇਹ ਪਤਾ ਨਹੀਂ ਲਾ ਜਾਂ ਕਿਵੇਂ ਦਾ ਬੱਚਾ ਨਿਕਲਿਆ ਇਹਨਾਂ ਦਾ, ਅਤੇ ਕਾਫੀ ਸੋਹਣਾ ਬੱਚਾ ਵਾ, ਸੋ ਵੱਡਾ ਹੋਏਗਾ ਤਾਂ ਕਾਫੀ ਵਧੀਆ ਲੱਗਣਾ ਵਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਸਾਰੇ ਠੀਕ ਠਾਕ ਹੋ? ਸੋ ਆਸ ਕਰਦੇ ਸਾਰੇ ਵਧੀਆ ਹੋ ਗਏ। ਸੋ ਲਓ ਜੀ ਆਪਾਂ ਸਾਰੇ ਹੀ ਆਪਣੇ ਕਬੂਤਰ ਕੱਢੇ ਹੋਏ ਬਾਹਰ, ਅਤੇ ਤੁਹਾਨੂੰ ਵਿਖਾ ਦਿੰਦੇ ਹਾਂ ਜੀ, ਸ਼ੌਕ ਕਰਾ ਦਿੰਦੇ ਹਾਂ। ਅਤੇ ਇਹਨਾਂ ਵਿੱਚੋਂ ਆਪਾਂ ਛੋਟੇ ਬੱਚੇ ਉਡਾਏ ਵੀ ਸੀ, ਜਿਨ੍ਹਾਂ ਵਿੱਚੋਂ ਲਓ ਇੱਕ ਕਬੂਤਰ ਹੁਣ ਆਇਆ ਵਾ ਛੋਟਾ ਬੱਚਾ, ਅਤੇ ਜਿਹੜੇ ਆਪਾਂ ਇਹ ਵਾਲੇ ਤਿੰਨੇ ਹੀ ਪੱਠੇ ਜਿਹੜੇ ਨਾ ਇਹ ਇਕੱਠੇ ਉਡਾਏ ਸੀ, ਅਤੇ ਨਾਲ ਇਹਨਾਂ ਦੇ ਛੋਟਾ ਬੱਚਾ ਸੀ ਜਿਹੜਾ ਕਿ ਇਹ ਵਾਲਾ, ਅਤੇ ਜ਼ਿਆਦਾ ਨਹੀਂ ਵੈਸੇ ਤਾਂ, ਬਾਕੀ ਥੋੜ੍ਹੇ ਚੱਕਰ ਅੱਜ ਇਹਨਾਂ ਦਾ ਪਹਿਲਾਂ ਨਹੀਂ, ਅਤੇ ਥੋੜ੍ਹੇ ਚੱਕਰ ਇਹਨਾਂ ਨੇ ਕੱਢੇ ਆ, 5-7 ਚੱਕਰ ਕੱਢ ਕੇ, ਅਤੇ ਇਹ ਜਲਦੀ ਆ ਗਏ। ਆਪਾਂ ਤਾਂ ਉਡਾਏ ਸੀ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਲੱਗੇ ਕਿ ਆਪਣਾ ਏਰੀਆ ਕੀ ਆ, ਕਿੱਥੇ ਆਪਣਾ ਘਰ ਵਾ, ਸੋ ਥੋੜ੍ਹੀ ਬਹੁਤੀ ਪਹਿਚਾਣ ਹੋਏ। ਜ਼ਿਆਦਾ ਆਪਾਂ ਇਹਨਾਂ ਨੂੰ ਫਿਰ ਡਰਾਇਆ ਨਹੀਂ, ਇਸੇ ਕਰਕੇ ਫਿਰ ਜਲਦੀ ਹੀ ਵਾਪਸ ਆ ਗਏ। ਸੋ ਬਾਕੀ ਤੁਸੀਂ ਵੇਖ ਲਓ, ਕਰੋ ਸ਼ੌਕ ਇਹਨਾਂ ਸਾਰਿਆਂ ਦਾ, ਅਤੇ ਆਪਾਂ ਦਾਣੇ ਦੂਣੇ ਇਹਨਾਂ ਨਾਲ ਪਾ ਦਿੱਤੇ ਆ, ਅਤੇ ਆਪਾਂ ਇਹਨਾਂ ਦੀਆਂ ਜੋੜੀਆਂ ਵੀ ਲਾਉਣੀਆਂ ਯਾਰ ਹਲੇ, ਕਿਉਂਕਿ ਜਿਹੜੇ ਨਵੇਂ ਕਬੂਤਰ ਆਉਂਦੇ ਆ ਉਹਨਾਂ 'ਚੋਂ ਸਾਰੇ ਜੋੜੇ ਬਾਕੀ ਇੱਦਾਂ ਹੀ ਆ, ਫੇਰੋ ਫੇਰੀਆਂ ਵੱਖਰੇ ਵੱਖਰੇ ਆ, ਅਤੇ ਉਹਨਾਂ ਵਿੱਚ ਆਪਾਂ ਜੋੜੇ ਵੀ ਨਵੇਂ ਲਾਵਾਂਗੇ। ਚਲੋ ਜੀ ਬਜਿਸ਼ ਤੁਸੀਂ ਦੇਖੀ ਆ, ਅਤੇ ਬਾਕੀ ਥੱਲੇ ਤੁਸੀਂ ਦੇਖ ਲਿਆ ਸਾਡੇ ਗਿੰਨੀ ਪਿਕ ਜਿਹੜੇ ਆਪਾਂ ਇਹਨਾਂ ਨੂੰ ਨਵਾਂ ਇੱਧਰ ਘਰ ਦੇ ਦਿੱਤਾ ਵਾ, ਅਤੇ ਇਹ ਜਾਲ ਦੇ ਅੰਦਰ ਦੋਨੋਂ ਹੀ ਗਿੰਨੀ ਪਿਕ ਸਾਡੇ ਇੱਥੇ ਰਹਿੰਦੇ ਆ। ਚਲੋ ਜੀ ਮਿੱਤਰੋ ਆਪਾਂ ਆ ਗਏ ਜੀ ਕੇਸ ਦੇ ਅੰਦਰ, ਅਤੇ ਤੁਹਾਨੂੰ ਵਿਖਾ ਲਿਆ ਜੀ ਅੰਦਰ ਹੁਣ ਗਿੰਨੀ ਪਿਗ ਅਤੇ ਸਾਡੀਆਂ ਬਜਿਸ਼, ਅਤੇ ਸਾਡਾ ਦਰਵਾਜ਼ਾ ਨਹੀਂ ਯਾਰ ਹੋ ਰਿਹਾ ਬੰਦ, ਅਤੇ ਲਓ ਜੀ ਕਰਨ ਬਾਹਰੋਂ ਲੋ ਲਗਾ ਦੀ ਯਾਰ ਤੂੰ, ਅਤੇ ਆਪਾਂ ਕਰਨ ਨੂੰ ਕਹਿ ਤਾਂ ਬਾਹਰੋਂ ਲੋਕ ਲਗਾਉਣ ਵਾਸਤੇ, ਅਤੇ ਬਜਿਸ ਨਹੀਂ ਦੇਖ ਸਕਦੇ ਹੋ, ਅਤੇ ਸਾਡੇ ਗਿੰਨੀ ਪਿਗ ਦੋਨੋਂ ਹੀ ਇੱਥੇ ਅੰਦਰ ਆ। ਹਾਂ ਵੀ ਮਿੱਤਰੋ ਲਓ ਜੀ ਚੈੱਕ ਕਰ ਸਕਦੇ ਤੁਸੀਂ, ਦੋਵੇਂ ਬਹੁਤ ਸੈੱਟ ਵਾ ਜੀ, ਇੱਥੇ ਦੋਵੇਂ ਰਹਿਣਗੇ ਇਕੱਠੇ ਰਹਿੰਦੇ ਆ, ਅਤੇ ਬਾਕੀ ਨਜ਼ਾਰੇ ਨਾਲ ਅੰਦਰ ਬੈਠੇ ਰਹਿੰਦੇ, ਠੰਡਾ ਵਾ ਅੰਦਰ, ਅਤੇ ਪੱਠੇ ਵੀ ਇੱਥੇ ਮਿਲ ਜਾਂਦੇ ਇਹਨਾਂ ਨੂੰ। ਸੋ ਬਾਕੀ ਬਜਿਸ਼ ਦੇ ਨਾਲ ਵੀ ਇਹਨਾਂ ਦੀ ਬਣ ਗਈ ਆ, ਅਤੇ ਸਾਨੂੰ ਇਹੋ ਹੀ ਵੀ ਪਹਿਲਾਂ ਬਜਿਸ਼ ਤੋਂ ਡਰਨ ਨਾ, ਬਾਕੀ ਬਜਿਸ਼ ਇਹਨਾਂ ਤੋਂ ਨਾ ਡਰੇ, ਅਤੇ ਇਹ ਬਜਿਸ਼ ਤੋਂ ਨਾ ਡਰਨ, ਵੈਸੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ। ਅਤੇ ਸਾਰੇ ਇਕੱਠੇ ਹੀ ਬੜੇ ਪਿਆਰ ਨਾਲ ਪੱਠੇ ਖਾ ਰਹੇ ਸੀ, ਉਹ ਵੀ ਪੱਠਿਆਂ ਨੂੰ ਮੱਕੀ ਚੁੰਝਾਂ ਮਾਰ ਰਹੀਆਂ ਅਤੇ ਪੱਠੇ ਖਾ ਰਹੀਆਂ, ਬਾਕੀ ਦਾਣੇ ਦੂਣੇ ਇਕੱਠੇ ਖਾਂਦੇ ਸੀ, ਬਹੁਤ ਵਧੀਆ ਲੱਗਾ। ਦਿਖਾਉਂਦੇ ਤੁਹਾਨੂੰ ਆਪਾਂ ਮੁਰਗਿਆਂ ਤੋਂ ਪਹਿਲਾਂ ਲੱਕਿਆਂ ਨੇ ਜਿਹੜੇ ਦਿੱਤੇ ਆਂਡੇ, ਅਤੇ ਦੋ ਆਂਡੇ ਦੇ ਦਿੱਤੇ ਆ, ਪਹਿਲਾਂ ਇੱਕ ਹੀ ਕੱਲ੍ਹ ਸੀ ਅਤੇ ਅੱਜ ਹੋ ਗਈ ਹੈ ਜੀ ਦੋ। ਚਲੋ ਤੁਹਾਨੂੰ ਵਿਖਾ ਦੇ ਖੁੱਡੇ ਦੇ ਅੰਦਰ, ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਐਂ ਵਾ ਜੀ ਲੱਕਿਆਂ ਦੇ ਆਂਡੇ, ਤਾਂ ਕਾਫੀ ਵੱਡੇ ਆ, ਦੂਸਰੇ ਆਂਡਿਆਂ ਨਾਲੋਂ ਕਾਫੀ ਵੱਡੇ ਹੈਗੇ ਆ, ਅਤੇ ਉੱਥੇ ਦਿੱਤੇ ਆ ਜੀ ਸਾਡੀ ਚਿੱਟੀ ਚੀਨੀ ਕਬੂਤਰੀ ਨੇ, ਅਤੇ ਇੱਥੇ ਸਾਡੇ ਕਾਲੀ ਧੋਣ ਵਾਲੇ ਕਬੂਤਰ ਨੇ, ਅਤੇ ਬਾਕੀ ਇੱਥੇ ਦਿੱਤੇ ਜੀ ਸਾਡੇ ਸ਼ਰਾਜੀ ਨੀਲੇ ਸ਼ਰਾਜੀ ਨੇ। ਇੱਥੇ ਲਾ ਰੱਤਾ ਬੱਚਾ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਦਿਖਾ ਲੈਣਾ ਵਾ, ਕਾਫੀ ਵਧੀਆ ਬੱਚਾ ਵਾ। ਚਲੋ ਜੀ ਆਹ ਕਰੋ ਜੀ ਸ਼ੌਕ ਪੱਠੇ ਦਾ, ਦੇਖੋ ਲਾ ਰੱਤਾ, ਇਹ ਪਤਾ ਨਹੀਂ ਲਾ ਜਾਂ ਕਿਵੇਂ ਦਾ ਬੱਚਾ ਨਿਕਲਿਆ ਵਾ ਇਹਨਾਂ ਦਾ, ਅਤੇ ਕਾਫੀ ਸੋਹਣਾ ਬੱਚਾ ਵਾ, ਸੋ ਵੱਡਾ ਹੋਏਗਾ ਤਾਂ ਕਾਫੀ ਵਧੀਆ ਲੱਗਣਾ ਵਾ। ਅਤੇ ਫਿਲਹਾਲ ਤਾਂ ਰੰਗ ਇਹਦਾ ਥੋੜ੍ਹਾ ਜਿਹਾ ਲਾਲ ਜਿਹਾ ਹਮੇਸ਼ਾ ਰੱਤਾ ਜਿਹਾ ਨਿਕਲੂਗਾ, ਅਤੇ ਕਾਫੀ ਵਧੀਆ ਵਾ। ਅਤੇ ਸਾਡੇ ਲੱਕਿਆਂ ਨੇ ਪਹਿਲੀ ਵਾਰ ਆਂਡੇ ਦਿੱਤੇ ਆ ਜੀ, ਅਤੇ ਐਰਕਾਂ ਬੱਚੇ ਨਾਲ ਉਹ ਕਢਾਵਾਂਗੇ ਜੀ, ਠੀਕ ਹੈ ਜੀ। ਅਤੇ ਹਾਲੇ ਇੱਕ ਹੀ ਜੋੜੀ ਆ, ਹਾਲੇ ਦੋ ਕਬੂਤਰ ਸਾਡੇ ਕੋਲ ਹੋਰ ਆ, ਅਤੇ ਉਹਨਾਂ ਦੀਆਂ ਕਬੂਤਰੀਆਂ ਆਪਾਂ ਦੋ ਲੈ ਕੇ ਤਾਂ ਉਹਨਾਂ ਨਾਲ ਵੀ ਜੋੜੇ ਪਾਵਾਂਗੇ, ਅਤੇ ਇਹਨਾਂ ਤੋਂ ਵੀ ਬੱਚੇ ਲਵਾਂਗੇ ਜੀ ਆਪਾਂ। ਸੋ
ਹੁਣ ਤੁਹਾਨੂੰ ਵਿਖਾ ਦੇ ਜੀ ਇੱਧਰ ਸਾਡੇ ਸੀਲ ਮੁਰਗੀਆਂ ਦਾ ਜੋੜਾ ਅਤੇ ਅੱਜ ਇਹਨਾਂ ਦੇ ਪਾਉਣ ਲੱਗੇ ਹਾਂ ਜੀ। ਵਾਹ ਬਈ ਤੂੰ ਕਿੱਧਰ ਇੱਧਰ, ਲਓ ਇਹ ਵੀ ਮੁਰਗੀ ਇਕੱਠੀ ਡੱਕ ਦਿੱਤੀ ਯਾਰ, ਇਹਨੂੰ ਵੱਖਰੇ ਰੱਖਣੇ ਆ। ਅਤੇ ਲਓ ਜੀ ਸਾਡਾ ਮੁਰਗਾ ਵੀ ਤੁਸੀਂ ਦੇਖ ਸਕਦੇ ਹੋ, ਆ ਜਾਵੇ ਮਿੱਤਰਾ ਬਾਹਰ। ਲਓ ਵੀ ਮਿੱਤਰੋ, ਅੱਜ ਆਪਾਂ ਆਪਣੀ ਸੀਲ ਮੁਰਗੀ ਪਾਲਣ ਵਾਲੇ ਹਾਂ ਜੀ ਸੇਵਾ 'ਤੇ, ਅਤੇ ਸਾਡੇ ਕੋਲ ਆ ਜੀ 5 ਅੰਡੇ ਅਤੇ 5-6 ਅੰਡੇ ਆਪਾਂ ਹੋਰ ਕਿਸੇ ਨੂੰ ਕਿਹਾ ਵਾ ਤਾਂ ਉੱਥੋਂ ਲੈ ਕੇ, ਸੋ ਸ਼ਾਮਾਂ ਨੂੰ ਆਪਾਂ ਉਹ ਵੀ ਰੱਖ ਦਾਂਗੇ। ਅਤੇ ਸਾਡੇ ਕੋਲ ਜਿਹੜੇ 5 ਅੰਡੇ ਆ ਹਾਲੇ ਆਪਾਂ ਫਿਲਹਾਲ ਉਹ ਰੱਖਦੇ ਲੱਗੇ ਹਾਂ ਪਾਲਣ ਵਾਲੇ ਜੀ ਨੂੰ ਜਾਲ ਦੇ ਅੰਦਰ, ਅਤੇ ਇਹੀ ਜਗ੍ਹਾ ਹੋਏਗੀ ਉਹਦੀ ਮੁਰਗੀ ਦੀ ਜਿਹੜੀ ਸੇਵਾ ਵਾਲੀ ਆ। ਅਤੇ ਸੋ ਲਓ ਵੀਰੇ ਆਪਾਂ ਰੱਖ ਦਿੱਤੇ ਜੀ ਇੱਥੇ 5 ਆਂਡੇ ਅਤੇ ਬਣਨ ਵਾਲੇ ਜੀ ਇੱਥੇ ਮੁਰਗੀ। ਸੋ ਫਿਲਹਾਲ ਸਾਡੀ ਮੁਰਗੀ ਇੱਥੇ ਦਾਣੇ ਚੁਗ ਰਹੀ ਆ, ਅਤੇ ਜਦੋਂ ਚੁਗ ਲੇਗੀ ਤਾਂ ਬਾਅਦ ਵਿੱਚ ਆਪਾਂ ਇਹਨੂੰ ਬਾਲਾਂਗੇ ਜੀ ਆਪਣੀ ਸੇਵਾ 'ਤੇ। ਇੱਥੇ ਸਾਡੀਆਂ ਬੱਤਕਾਂ ਅਤੇ ਸਾਡੀਆਂ ਮੁਰਗੀਆਂ, ਇਹ ਇਹਨਾਂ ਨੂੰ ਬਾਕੀ ਕੱਢਣਾ ਹਲੇ, ਅਤੇ ਇੱਕ ਮੁਰਗੀ ਸਾਡੀ ਬਾਹਰ ਵਾ ਅਤੇ ਬਾਕੀ ਇਹਨਾਂ ਨੂੰ ਆਪਾਂ ਖੋਲ੍ਹਣਾ ਵਾ ਜਦੋਂ ਆਪਣੇ ਕਬੂਤਰ ਅੰਦਰ ਕਰ ਦਿੱਤੇ, ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਖੋਲ੍ਹਾਂਗੇ ਜੀ ਸਾਰਿਆਂ ਨੂੰ। ਜੇ ਹੋ ਗਿਆ ਜੀ ਚਾਹ ਦਾ ਟਾਈਮ, ਤਾਂ ਸਾਡੀ ਚਾਹ ਆ ਗਈ ਆ, ਅਤੇ ਜੇ ਤੁਸੀਂ ਪੀਣੀ ਹੋ ਤਾਂ ਜ਼ਰੂਰ ਦੱਸੋ ਜੀ। ਆਹ ਵੇਖੋ ਜੀ ਚਾਹ ਆ ਗਈ ਆ, ਅਤੇ ਜੇ ਪੀਣ ਦੀ ਚਾਹਵਾਨ ਹੋ ਤਾਂ ਆ ਜਾਓ ਫਿਰ ਚਾਹ ਪੀ ਕੇ ਆਪਾਂ ਅਗਲੀ ਵੀਡੀਓ ਅੱਗੇ ਤਿਆਰ ਕਰਦੇ ਹਾਂ ਜੀ। ਹੁਣ ਆਪਾਂ ਪਾਉਂਦੇ ਹਾਂ ਜੀ ਆਪਣੇ ਖਰਗੋਸ਼ਾਂ ਨੂੰ ਪੱਟੇ, ਅਤੇ ਉਹ ਤੋਂ ਬਾਅਦ ਆਪਾਂ ਬਾਲਦੇ ਹਾਂ ਜੀ ਆਪਣੀ ਅਸੀਲ ਮੁਰਗੀ ਨੂੰ ਸੇਵਾ 'ਤੇ। ਅਤੇ ਚਲੋ ਪਹਿਲਾਂ ਚੱਲਦੇ ਹਾਂ ਆਪਣੇ ਖਰਗੋਸ਼ਾਂ ਵਾਲੀ ਸਾਈਡ 'ਤੇ, ਉਹਨਾਂ ਨੂੰ ਯਾਰ ਪੱਠੇ ਪਾ ਦਈਏ, ਕਾਫੀ ਭੁੱਖੇ ਹੋਣਗੇ ਉਹ ਵੀ। ਚਲੋ ਵੀ ਮਿੱਤਰੋ ਆਪਾਂ ਇਹਨਾਂ ਨੂੰ ਪਾ ਦਿੱਤੇ ਆ ਪੱਠੇ ਸਾਰਿਆਂ ਨੂੰ, ਅਤੇ ਕਾਫੀ ਵਧੀਆ ਇਹਨਾਂ ਦਾ ਸਿਸਟਮ ਬਣਦਾ ਪਿਆ। ਅਤੇ ਇੱਥੇ ਇਹਨਾਂ ਨੇ ਪਤਾ ਨਹੀਂ ਕਿਹੜੀ ਰੁੱਡ ਪੁੱਟ ਦਿੱਤੀ ਆ, ਸਾਰਾ ਪੈਪ ਥੱਲੇ ਬਾਲ ਦਿੱਤਾ, ਅਤੇ ਪਤਾ ਨਹੀਂ ਆਪਣੀ ਮਸਤੀ ਵਿੱਚ ਲੱਗੇ ਰਹਿੰਦੇ ਆ। ਅਤੇ ਚਲੋ ਆਪਾਂ ਇਹਨੂੰ ਪੱਠੇ ਪਾ ਦਿੱਤੇ ਆ, ਅਤੇ ਹੁਣ ਆਪਾਂ ਬਾਲਣ ਵਾਲੇ ਜੀ ਆਪਣੀ ਮੁਰਗੀ ਨੂੰ ਸੇਵਾ 'ਤੇ। ਅਤੇ ਚਲੋ ਚੱਲਦੇ ਹਾਂ ਜੀ, ਇੱਥੇ ਲਾਉਂਦੇ ਹਾਂ ਲੌਗ। ਚਲੋ ਚੱਲਦੇ ਹਾਂ ਜੀ, ਹੁਣ ਫੜਦੇ ਹਾਂ ਆਪਾਂ ਮੁਰਗੀ, ਅਤੇ ਮੁਰਗੀ ਨੇ ਦਾਣੇ ਖਾ ਲਏ ਆ, ਇਹਨੂੰ ਬਾਲਣ ਵਾਲੇ ਹੁਣ ਸੇਵਾ 'ਤੇ ਆਪਾਂ। ਅਤੇ ਚਲੋ ਜੀ ਫੜੋ ਜੀ ਮੁਰਗੀ। ਸੋ ਲਓ ਵੀ ਮਿੱਤਰੋ 10 ਅੰਡੇ ਹੋ ਗਏ ਆ ਜੀ ਆਪਣੇ ਕੋਲ, ਅਤੇ ਬਾਕੀ ਆਪਾਂ ਦੇਖਾਂਗੇ ਜੀ ਕੱਲ੍ਹ ਨੂੰ ਸਾਨੂੰ ਆਂਡੇ ਹੋਰ ਮਿਲ ਜਾਣੇ ਆ। ਸੋ ਇੱਕ ਦਿਨ ਦਾ ਥੋੜ੍ਹਾ ਫਾਦਾ ਫਰਕ ਪੈਣਾ ਵਾ। ਸੋ 5 ਸਾਡੇ ਆਂਡੇ ਹੋ ਗਏ, ਅਤੇ ਹੁਣ ਆਪਾਂ ਭਾਲਦੇ ਜੀ ਕੋਈ ਮੁਰਗੀ ਆਪਣੀ ਸੇਵਾ 'ਤੇ, ਅਤੇ ਬਾਕੀ 5 ਜਿਹੜੇ ਉਹ ਕੱਲ੍ਹ ਨੂੰ ਰੱਖਾਂਗੇ ਆਂਡੇ, ਠੀਕ ਹੈ ਜੀ। ਸੋ ਕਮੈਂਟਾਂ ਵਿੱਚ ਦੱਸ ਦਿਓ ਵੀ ਇੱਦਾਂ ਕਰਨਾ ਕੋਈ ਗਲਤ ਨਹੀਂ ਹੈ, ਜੇ ਨਹੀਂ ਹੈ ਤਾਂ ਫਿਰ ਆਪਾਂ ਇਹੀ ਰਹਿਣ ਲਾਂਗੇ, ਦੂਸਰੇ ਆਪਾਂ ਰਹਿਣ ਲਾਂਗੇ, ਠੀਕ ਹੈ ਜੀ। ਅਤੇ ਚਲੋ ਆਪਾਂ ਭਾਲਦੇ ਹੁਣ ਆਪਣੀ ਮੁਰਗੀ ਦੀ ਸੇਵਾ 'ਤੇ। ਚਲੋ ਜੀ ਕਰਨ ਲੱਗਾ ਜੀ ਮੁਰਗੀ ਨੂੰ ਫੜਨ, ਅਤੇ ਮੁਰਗੀ ਮੈਂ ਅੰਦਰ ਹੀ ਵਾਲ ਲਓ ਯਾਰ, ਅੰਦਰ ਵੜ ਕੇ ਫੜ, ਉਹਨੇ ਆਪਣੇ ਆਪ ਪੈਣਾ। ਅਤੇ ਲਓ ਜੀ ਮੁਰਗੀ ਆ ਗਈ ਆ ਆਪਣੇ ਹੱਥ, ਅਤੇ ਆਪਾਂ ਲੱਗੇ ਜੀ ਹੁਣ ਜਾਲ ਦੇ ਅੰਦਰ ਕਰਨ, ਅਤੇ ਇਹਦਾ ਪਤਾ ਲੱਗ ਜਾਣਾ ਹੁਣੇ ਹੀ ਮੁਰਗੀ ਆਂਡਿਆਂ 'ਤੇ ਬੈਠਣ ਦਾ। ਅਤੇ ਲਓ ਜੀ ਮੁਰਗੀ ਗਈ ਆਂਡੇ ਵਾਲੀ ਸਾਈਡ 'ਤੇ, ਅਤੇ ਇਹ ਖਾਣ 'ਤੇ ਨਹੀਂ ਲੱਗੀ ਕਿਤੇ ਕਰਨ, ਬੈਠੇਗੀ ਨਾ। ਹਾਂ ਅਤੇ ਮੁਰਗੀ ਲੱਗੀ ਜੀ ਬਹਿਣ, ਉਹ ਦੇਖੋ ਬੈਠ ਜਾ ਬਾਈ, ਨਹੀਂ ਵੀ ਖਾਣੇ ਨਹੀਂ ਆ ਬਹਿਣਾ, ਹਾਂ ਨਹੀਂ ਨਹੀਂ ਬੈਠ ਲੱਗੀ, ਉਹਨੇ ਸੈਟਿੰਗ ਕਰਨੀ ਨਾ ਆਪਣੀ ਪੂਰੀ। ਚਲੋ ਬਈ ਮਿੱਤਰੋ ਥੋੜਾ ਸਾਈਡ ਤੇ ਜੀ, ਨਹੀਂ ਨਹੀਂ ਖਾਣਾ ਨਹੀਂ ਬਾਈ, ਇਹਨੇ ਇਹਨੇ ਬਹਿਣਾ ਸਾਈਡ ਤੋਂ, ਬਹਿਣਾ ਡਰੂਗੀ ਨਾ। ਨਹੀਂ ਨਹੀਂ ਡਰਦੀ ਨਹੀਂ, ਬਿਲਕੁਲ ਸਹੀ ਆ। ਆਪਾਂ ਭਾਲ ਦਿੱਤਾ ਜੀ ਮੁਰਗੀ ਨੂੰ ਸੇਵਾ 'ਤੇ, ਅਤੇ ਥੋੜ੍ਹਾ ਜਿਹਾ ਆਪਾਂ ਸਾਈਡ ਦਿੱਤੇ ਹੋ ਗਏ ਹਾਂ ਕਿ ਥੋੜ੍ਹਾ ਜਿਹਾ ਉਹ ਸਾਡੇ ਤੋਂ ਥੋੜ੍ਹਾ ਡਰਦੀ ਹੋਣੀ ਹੈ ਸ਼ਾਇਦ, ਤਾਂ ਆਪਾਂ ਸਾਈਡ 'ਤੇ ਹੋ ਗਏ ਹਾਂ, ਅਤੇ ਥੋੜ੍ਹਾ ਜਿਹਾ ਬੈਠ ਜਾਏਗੀ, ਥੋੜ੍ਹਾ ਨੋਰਮਲ ਹੋ ਕੇ ਬੈਠ ਜਾਏਗੀ, ਅਤੇ ਫਿਰ ਆਪਾਂ ਤੁਹਾਨੂੰ ਫਿਰ ਵਿਖਾ ਲਾਂਗੇ ਇੱਕ ਵਾਰੀ। ਸੋ ਆਪਾਂ ਹੁਣ ਖੋਲ੍ਹਣ ਵਾਲੇ ਜੀ ਆਪਣੀਆਂ ਬੱਤਕਾਂ ਅਤੇ ਆਪਣੇ ਮੁਰਗਿਆਂ ਨੂੰ, ਅਤੇ ਨਾਲੇ ਸੱਚ ਮੈਂ ਤੁਹਾਨੂੰ ਦੱਸਣਾ ਵੀ ਜਿਹੜਾ ਉਹ ਆਪਾਂ ਤੁਸੀਂ ਨਾਂ ਕਿਹਾ ਨਾ, ਵੀ ਨਾਂ ਜਿਹੜਾ ਰੱਖਣ ਬਾਰੇ ਉਹ ਤੁਹਾਨੂੰ ਮੈਂ ਦੱਸਦਾ ਵੀ ਕਿਹੜਾ ਨਾਂ ਤੁਸੀਂ ਕਿਹਾ ਸੀ।
ਪਹਿਲਾ ਨਾਮ ਦੱਸਿਆ ਜੀ ਸੁਲਤਾਨ ਅਤੇ ਤੂਫਾਨ, ਤੂਫਾਨ ਅਤੇ ਸੁਲਤਾਨ, ਇੱਕ ਕਹਿੰਦੇ ਤੂਫਾਨ ਰੱਖ ਲਓ ਜਾਂ ਸੁਲਤਾਨ ਰੱਖ ਲਓ ਤੁਸੀਂ, ਇਹ ਵੀ ਕਾਫੀ ਵਧੀਆ ਨਾਮ ਆ। ਅਤੇ ਦੂਸਰਾ ਨਾਮ ਕਿਹੜਾ ਕਰਨ ਦੱਸਿਆ ਜੀ ਇਹਨਾਂ ਨੇ? ਕੁੱਕੜ ਜਾਂ ਮੁਰਗਾ। ਉਹ ਵੀ ਵਧੀਆ ਲੱਗਾ ਜੀ, ਕਹਿੰਦੇ ਵੀ ਜਾਂ ਰੱਖ ਲਓ ਜੀ ਕੁੱਕੜ ਅਤੇ ਜਾਂ ਰੱਖ ਲਓ ਜੀ ਮੁਰਗਾ, ਪਹਿਲਾ ਹੀ ਨਾਮ ਵੈਰੀ ਫਨੀ ਹੈ, ਕਾਫੀ ਵਧੀਆ ਵੀ ਦੇਵੇਗਾ। ਅਤੇ ਚਾਂਦ ਅਤੇ ਚਾਂਦਨੀ, ਚਲੋ ਜੀ ਅਗਲਾ ਜਿਹੜਾ ਨਾਂ ਹੀ ਹੋਵੇ ਚਾਂਦ ਅਤੇ ਚਾਂਦਨੀ, ਸੋ ਇਹ ਵੀ ਕਾਫੀ ਸੋਹਣਾ ਵਾ। ਅਤੇ ਇੱਕ ਵੀਰ ਨੇ ਤਾਂ ਕਮਾਲ ਹੀ ਕਰਤੀ ਯਾਰ, ਜੇ ਤੁਸੀਂ ਨਾ ਹੁਣ ਮੈਨੂੰ ਯਾਰ ਮੈਂ ਤੁਹਾਨੂੰ ਕਹਿ ਵੀ ਨਹੀਂ ਸਕਦਾ ਕਿ ਬਹੁਤ ਹੀ ਘਟੀਆ ਮਤਲਬ ਕਿ ਉਹਦੇ ਵਿੱਚ ਲੈਂਗੁਏਜ ਯੂਜ਼ ਕੀਤੀ ਯਾਰ, ਇਹੋ ਜਿਹੇ ਮੈਸੇਜ ਸਾਨੂੰ ਨਾ ਕਰਿਆ ਕਰੋ, ਕਿਉਂਕਿ ਆਪਾਂ ਕਦੀ ਵੀ ਕਿਸੇ ਨੂੰ ਗਲਤ ਮੈਸੇਜ ਨਹੀਂ ਕਰਦੇ ਹੈਗੇ, ਅਤੇ ਤੁਸੀਂ ਮੇਰੇ ਮੈਸੇਜ ਵੀ ਪੜ੍ਹੇ ਹੋਣਗੇ। ਮੈਂ ਜੇ ਕੋਈ ਗਲਤ ਵੀ ਕਰਦਾ ਉਹਨੂੰ ਤਾਂ ਵੀ ਮਤਲਬ ਕਿ ਐਕਸੈਪਟ ਕਰੀਦਾ, ਠੀਕ ਹੈ ਜੀ? ਅਤੇ ਕਦੀ ਵੀ ਕਿਸੇ ਨੂੰ ਆਪਾਂ ਗਲਤ ਕਮੈਂਟ ਦਾ ਮਤਲਬ ਕਿ ਗਲਤ ਆਂਸਰ ਨਹੀਂ ਕਦੀ ਦਿੱਤਾ ਹੈਗਾ, ਸੋ ਮੇਰਾ ਵੀਰ ਗਲਤ ਕਮੈਂਟ ਨਾ ਕਰਿਆ ਕਰੋ। ਅਤੇ ਤੁਸੀਂ ਵੀ ਸਾਡੇ ਭਰਾ ਹੋ ਅਤੇ ਮਾਰਾ ਤੁਹਾਡੇ ਨਾਲ ਹੀ ਹੈ ਸਾਰਾ ਕੁਝ ਆਪਣਾ, ਅਤੇ ਇਸ ਕਰਕੇ ਕਮੈਂਟ ਗਲਤ ਨਾ ਕਰਿਆ ਕਰੋ। ਸੋ ਤੂਫਾਨ ਦੱਸਿਆ ਵਾ, ਸੁਲਤਾਨ ਦੱਸਿਆ ਵਾ, ਇੱਕ ਚਾਨ ਚੰਨ ਅਤੇ ਚਾਨਣੀ, ਅਤੇ ਹੋਰ ਕੋਈ ਕਰਨ ਜਿਹੜਾ ਹੈਗਾ ਜੀ? ਹੋਰ ਬਸ ਇਹੀ ਆ, ਬਸ ਇਹੀ ਤਿੰਨ ਚਾਰ ਵੀਰਾਂ ਨੇ ਮੱਕੀ ਦੱਸੇ ਨਾ। ਸੋ ਇਹਨਾਂ ਵਿੱਚੋਂ ਆਪਾਂ ਮੇਰਾ ਇਰਾਦਾ ਵੀ ਇਹਦਾ ਰੱਖ ਲਈਏ ਤੂਫਾਨ, ਤੂਫਾਨ ਕਾਫੀ ਵਧੀਆ ਨਾਂ ਲੱਗਦਾ ਵਾ। ਅਤੇ ਅੱਜ ਤੋਂ ਬਾਅਦ ਇਹਨੂੰ ਕਹਾਂਗੇ ਜੀ ਤੂਫਾਨ, ਅੱਜ ਤੋਂ ਬਾਅਦ ਇਹਨੂੰ ਤੂਫਾਨ ਹੀ ਕਹਿ ਕਰਾਂਗੇ, ਅਤੇ ਕਾਫੀ ਵਧੀਆ ਲੱਗਣਾ ਵਾ ਨਾ। ਸੋ ਹੁਣ ਆਪਾਂ ਤੂਫਾਨ ਰੱਖਿਆ ਵਾ ਨਾ, ਅਤੇ ਕਈਆਂ ਵੀਰਾਂ ਨੇ ਫੇਰ ਮੈਸੇਜ ਕਰਨੇ ਆ, ਜਾਂ ਤੁਸੀਂ ਕਿਸੇ ਦੀ ਕਾਪੀ ਕਰ ਲਈ ਆ, ਕਾਪੀ ਕਰ ਲਈ ਯਾਰ ਨਾ, ਤਾਂ ਇੱਦਾਂ ਹੀ ਹੁੰਦੇ ਆ ਸਾਰੇ, ਇੱਕ ਦੂਜੇ ਤੋਂ ਦੇਖ ਕੇ ਰੱਖਦੇ ਸਾਰੇ, ਠੀਕ ਹੈ ਜੀ? ਸੋ ਬਾਕੀ ਰੱਬ ਰੱਖਾ ਜੀ, ਜਿੱਦਾਂ ਕਿਸੇ ਨੇ ਕਹਿਣਾ ਉਹ ਫਿਰ ਕਹਿਣਾ ਹੀ ਆ, ਠੀਕ ਹੈ ਜੀ? ਸੋ ਮੁਰਗੀ ਦਾ ਨਾਂ ਆਪਾਂ ਕਿਹੜੇ ਰੱਖੀ ਭਲਾ? ਹਨੇਰੀ, ਹਨੇਰੀ, ਠੀਕ ਆ। ਲਓ ਜੀ ਕਰਨ ਨੇ ਇੱਕ ਨਾਂ ਦੇ ਦਿੱਤਾ ਆਪਣੇ ਕੋਲੋਂ, ਕਹਿੰਦਾ ਜਿਹੜਾ ਮੁਰਗੀ ਆਪਣੀ ਸਾਰੀ ਮੁਰਗੀ ਹੈ ਅਸੀਲ ਮੁਰਗੀ, ਉਹਦਾ ਨਾਂ ਰੱਖੋ ਜੀ ਹਨੇਰੀ, ਤੂਫਾਨ ਤਾਂ ਹਨੇਰੀ, ਸਹੀ ਗੱਲ ਯਾਰ, ਤੂਫਾਨ ਦੇ ਨਾਲ ਹਨੇਰੀ ਆਊਗੀ। ਸੋ ਵਧੀਆ ਲੱਗਾ ਨਾ ਰੋ ਜੀ, ਅੱਜ ਤੋਂ ਬਾਅਦ ਮੁਰਗੀ ਦਾ ਨਾਂ ਆਪਾਂ ਰੱਖਦਾ ਹਨੇਰੀ, ਤਾਂ ਹਨੇਰੀ ਬਹਿ ਗਈ ਆ ਜੀ ਆਂਡਿਆਂ ਦੇ, ਆਈ ਮੀਨ ਸੇਵਾ ਦੇ ਬਹਿ ਗਈ ਹਨੇਰੀ, ਅਤੇ ਤੂਫਾਨ ਸਾਡਾ ਬਾਹਰ ਆ, ਤੁਸੀਂ ਦੇਖ ਸਕਦੇ ਹੋ, ਅਤੇ ਬਾਕੀ ਤੁਸੀਂ ਸਾਡੇ ਮੁਰਗੀਆਂ ਦੇਖੀਆਂ ਸਾਰੀਆਂ, ਠੀਕ ਹੈ ਜੀ? ਸਾਰੇ ਆਪਾਂ ਕੱਢੇ ਹੋਏ ਆ, ਅਤੇ ਆਪਾਂ ਹੁਣ ਕਬੂਤਰ ਕਰਦੇ ਹਾਂ ਬੰਦ, ਅਤੇ ਫਿਰ ਖੋਲਦੇ ਹਾਂ ਜੀ ਆਪਣੀ ਛੋਟੂ ਗੈਂਗ, ਆਈ ਮੀਨ ਜਿਹੜੀਆਂ ਬੱਤਖਾਂ ਵਾ ਸਾਰੀਆਂ ਉਹਨਾਂ ਨੂੰ ਕੱਢਦੇ ਹਾਂ ਬਾਹਰ, ਠੀਕ ਹੈ ਜੀ? ਅਤੇ ਇਹਦੇ ਤੁਸੀਂ ਦੇਖ ਸਕਦੇ ਸਾਡੇ ਗਿਨੀ ਪਿਗ, ਸਾਡੀਆਂ ਬਜਿਸ ਦੀ ਕੰਗਣੀ ਖਾ ਰਹੇ ਆ, ਅਤੇ ਸ਼ਾਇਦ ਇੱਕ ਅੰਦਰ ਹੀ ਆ ਅਤੇ ਇੱਕ ਬਾਹਰ ਨਿਕਲਿਆ, ਉਹ ਵੀ ਚਲ ਗਿਆ ਅੰਦਰ, ਅਤੇ ਕਾਫੀ ਵਧੀਆ ਲੱਗਦਾ ਪਿਆ ਵਾ ਮਾਹੌਲ ਇੱਧਰ ਦਾ ਵੀ। ਚਲੋ ਜੀ ਕਬੂਤਰ ਆਪਾਂ ਸਾਰੇ ਕਰਦੇ ਲੱਗੇ ਜੀ ਬੰਦ, ਇਹ ਛੋਟਾ ਪੱਠਾ ਬਹੁਤ ਤੇਜ਼ ਆ ਯਾਰ, ਇਹਨੂੰ ਅੰਦਰ ਬੰਦ ਕਰਦੇ ਕਰਦੇ ਵੀ ਕਈ ਯਾਰ ਬਾਹਰ ਫੁਰ ਹੋ ਜਾਂਦਾ, ਉਹ ਧਿਆਨ ਹੀ ਨਹੀਂ ਇਹਦਾ ਹੁੰਦਾ ਵੀ ਅੰਦਰ ਜਾਣ ਦਾ। ਅਤੇ ਲਓ ਜੀ ਆਪਾਂ ਇਹਨਾਂ ਨੂੰ ਕਰ ਦਿੱਤਾ ਸਾਰਿਆਂ ਨੂੰ ਖੁੱਡੇ ਦੇ ਅੰਦਰ, ਅਤੇ ਹੁਣ ਆਪਾਂ ਖੋਲਦੇ ਹਾਂ ਜੀ ਆਪਣੇ ਮੁਰਗੇ ਅਤੇ ਬੱਤਕਾਂ, ਇਹਨੂੰ ਕਹਿੰਦੇ ਜੀ ਆਪਾਂ ਛੋਟੂ ਗੈਂਗ, ਹੁਣ ਤਾਂ ਵੱਡੀ ਹੋ ਗਈ ਹੈ, ਪਹਿਲਾਂ ਛੋਟੂ ਗੈਂਗ ਆਪਾਂ ਰੱਖਿਆ ਹੋਇਆ ਜੀ ਨਾਮ ਬੱਤਕਾਂ ਆਪਣੀਆਂ ਦਾ, ਅਤੇ ਨਾਲ ਸਾਡੇ ਮੁਰਗੇ ਹੀ। ਅਤੇ ਲਓ ਜੀ ਛੋਟੂ ਗੈਂਗ ਨਿਕਲਿਆ ਜੀ ਬਾਹਰ, ਅਤੇ ਸਾਡੀਆਂ ਮੁਰਗੀਆਂ ਵੀ ਨਿਕਲਾਈਆਂ ਬਾਹਰ ਜੀ, ਕਾਫੀ ਟਾਈਮ ਹੋ ਗਿਆ ਅਤੇ ਕੁੱਕੜਾਂ ਨੇ ਵੀ ਦਾਣਾ ਪਾਣੀ ਖਾ ਲਿਆ ਵਾ, ਅਤੇ ਆਪਾਂ ਇਹਨਾਂ ਨੂੰ ਕਰਦੇ ਜੀ ਬੰਦ, ਕਿਉਂਕਿ ਜਾਣਾ ਵਾ ਜੀ ਸ਼ੋਪ 'ਤੇ, ਕਾਫੀ ਟਾਈਮ ਹੋ ਗਿਆ ਵਾ, ਸੋ ਉੱਥੇ ਵੀ ਡਿਊਟੀ ਦੇਣੀ ਹੈ ਜਾ ਕੇ ਜੀ, ਅਤੇ ਇਹ ਵੀ ਡਿਊਟੀ ਸਾਡੀ ਜ਼ਰੂਰੀ ਹੈ, ਸੋ ਇਹ ਡਿਊਟੀ ਸਾਡੀ ਫਾਈਨਲ ਹੋ ਗਈ ਆ। ਸੋ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਹਾਂ ਜੀ, ਮਿਲਦੇ ਹਾਂ ਨੈਕਸਟ ਵੀਡੀਓ 'ਤੇ, ਓਕੇ ਜੀ ਬਾਏ।